Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਚਾਰ। ਮੋਦੀ ਚਾਲ ਚੱਲੇ, ਸੁਖਬੀਰ ਸਿੰਘ ਬਾਦਲ ਦਾਖਾ ਦੇ ਵਿਕਾਸ ਵਾਸਤੇ ਭੇਜਣਗੇ ਨੋਟਾਂ ਦੇ ਭਰੇ ਹੋਏ ਟਰੱਕ। ਲਾਂਘੇ ਦੇ ਉਸਾਰੀ ਕਾਰਜਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਲਿਆ ਜਾਇਜ਼ਾ। ਨੌਜਵਾਨ ਦੀ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ। ਬੇਅਦਬੀ ਮਾਮਲੇ ਦੇ 4 ਸਾਲ ਪੂਰੇ, ਇਨਸਾਫ਼ ਨਾ ਮਿਲਣ 'ਤੇ ਲਾਹਨਤ ਦਿਹਾੜਾ ਮਨਾਇਆ। ਅਤੇ ਘਰ ਦੀ ਛੱਤ ਡਿੱਗਣ ਕਰਕੇ ਮਾਂ ਅਤੇ ਪੁੱਤ ਦੀ ਮੌਤ। ਅਤੇ ਹੁਣ ਖਬਰਾਂ ਦਾ ਵਿਸਥਾਰ। ਦਾਖਾ ਵਿਧਾਨ ਸਭਾ ਖੇਤਰ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਏਆਲੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਸੁਖਬੀਰ ਸਿੰਘ ਬਾਦਲ ਪਹੁੰਚੇ। ਉਹਨਾਂ ਨੇ 2022 ਦੇ ਵਿੱਚ ਅਕਾਲੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਉਹ ਦਾਖਾ ਦੇ ਵਿਕਾਸ ਲਈ ਟਰੱਕ ਭਰ ਕੇ ਨੋਟਾਂ ਦੇ ਭੇਜਣਗੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਚੰਗੇ ਰਗੜੇ ਲਾਏ। ਦਾਖਾ ਦੇ ਪਿੰਡ ਬੱਦੋਵਾਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸ਼੍ਰੀ ਅਕਾਲ ਤਖ਼ਤ 'ਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰ ਸਕਦੀ ਹੈ, ਤਾਂ ਉਹਨਾਂ ਲਈ ਕਿਸੇ ਦੀ ਵੀ ਪੱਗ ਲਾਉਣਾ ਕੋਈ ਵੱਡੀ ਗੱਲ ਨਹੀਂ। ਉਹ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਝੜਪ ਦੌਰਾਨ ਇੱਕ ਸਿੱਖ ਨੌਜਵਾਨ ਦੀ ਪੱਗ ਲੈਣ ਬਾਰੇ ਟਿੱਪਣੀ ਕਰ ਰਹੇ ਸਨ। ਲੱਖ ਦੇ ਦੇਣਗੇ, 2 ਲੱਖ ਦੇ ਦੇਣਗੇ, 4 ਲੱਖ ਦੇ ਦੇਣਗੇ, 2.5 ਸਾਲਾਂ ਬਾਅਦ ਟਰੱਕ ਲਿਆਊਂਗਾ ਵੱਡਾ, ਲੋਕਾਂ ਨੂੰ ਲਾਰੀ ਬੋਰੀ ਦੀ ਨਹੀਂ ਮਰਜ਼ੀ, ਲਾਰੀ ਦੀ ਨਹੀਂ ਮਰਜ਼ੀ। ਹੋਰ ਕੀ, ਆਪਣਾ ਰਾਜ ਹੈ, ਤੁਸੀਂ ਦੇਖੋ ਹੁਣ ਕਹਿੰਦੇ ਖਜ਼ਾਨਾ ਖਾਲੀ ਹੈ, 400-500 ਕਰੋੜ ਰੁਪਏ ਯਾਲੀ ਨੂੰ ਦੇਦਾ ਸੀ ਜਦੋਂ ਮਰਜ਼ੀ। ਅੱਜ ਦਿਮਾਗ ਖਾਲੀ ਹੈ, ਕਾਂਗਰਸੀਆਂ ਦੀ ਨੀਅਤ ਖਾਲੀ ਹੈ, ਖਜ਼ਾਨਾ ਕਿਵੇਂ ਖਾਲੀ ਹੁੰਦਾ ਸਰਕਾਰਾਂ ਦਾ? ਦਿਲ ਛੋਟੀਆਂ ਲੁੱਟਣ ਤੇ ਲੱਗੀ ਹੈ, ਸਾਰਾ ਨਸ਼ਾ ਵੇਚਣ ਤੇ ਲੱਗੀ ਹੈ, ਸਾਰਾ ਲੁੱਟਣ ਲੱਗਿਆ। ਕਾਂਗਰਸੀਆਂ ਨੇ ਮਨ ਬਣਾਇਆ ਪਿਆ ਕਿ ਪਿਛਲੀ ਵਾਰ ਕੈਪਟਨ ਸਾਹਿਬ ਮੁੱਖ ਮੰਤਰੀ ਸੀ, 10 ਸਾਲ ਆਪਣੀ ਮਿਆਈ, ਐਤਕੀ ਕੈਪਟਨ ਸਾਹਿਬ ਬਣ ਗਏ, 25-30 ਸਾਲ ਚੱਲੂਗਾ, ਪੰਥ ਦਾ ਝੰਡਾ ਚੱਲੂਗਾ, ਵਾਹਿਗੁਰੂ ਜੀ ਕਾ ਖਾਲਸਾ ਹੋਏ ਜੀ ਉਹਦੇ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਵਾਸਤੇ ਭਾਰਤ ਸਰਕਾਰ ਦੀ ਟੀਮ ਅੱਜ ਡੇਰਾ ਬਾਬਾ ਨਾਨਕ ਸਰਹੱਦ ਦੇ ਉੱਤੇ ਪਹੁੰਚੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 550 ਸਾਲਾ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਨੇ ਅਤੇ ਸੰਗਤਾਂ ਦੇ ਠਹਿਰਨ ਵਾਸਤੇ ਟੈਂਟ ਸਿਟੀ ਦਾ ਕੰਮ ਚੱਲ ਰਿਹਾ। ਸੰਗਤਾਂ ਦੀ ਸਹੂਲਤ ਲਈ ਪੰਡਾਲ ਅਤੇ ਪਾਰਕਿੰਗ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਾ ਆਵੇ। ਉਹਨਾਂ ਨੇ ਕਿਹਾ ਕਿ 31 ਅਕਤੂਬਰ ਤੱਕ ਸਾਰੇ ਕੰਮਕਾਜ ਮੁਕੰਮਲ ਕਰ ਲਏ ਜਾਣਗੇ। ਉਹਨਾਂ ਦੇ ਤਾਂ ਉਹ ਦੱਸਣਗੇ, ਪਰ ਅਜੇ ਤੱਕ ਜੋ ਵੀ ਹੈਗਾ ਅਜੇ ਸਾਡੀ ਵੀ ਨਹੀਂ ਹੋਈ। ਇਹ ਜ਼ਰੂਰ ਕਰ ਦਿੱਤਾ ਕਿ ਅਸੀਂ 31 ਅਕਤੂਬਰ ਤੱਕ ਇਹ ਸਾਰੀਆਂ ਤਿਆਰੀਆਂ ਕਰ ਲਾਂਗੇ। ਜਿਹੜੀ ਟੈਂਟ ਸਿਟੀ ਲੱਗਣੀ ਉਹ ਸਾਡੀ ਤਿਆਰ ਹੋ ਰਹੀ ਆ, ਜਿਹੜਾ ਪੰਡਾਲ ਲੱਗਣਾ ਉਹ ਸਾਡਾ ਤਿਆਰ ਹੋ ਰਿਹਾ, ਇਹ ਜਿਸ ਦਿਨ ਵੀ ਕਰ ਦੇਣਗੇ ਅਸੀਂ 5 ਤਰੀਕ ਨੂੰ ਸਾਰੀਆਂ ਚੀਜ਼ਾਂ ਤਿਆਰ ਕਰ ਦੇਣੀਆਂ। ਸਟੇਜ ਜਿਹੜੀ ਉਹ ਇਕੱਠੀ ਲੱਗੇਗੀ? ਬਿਲਕੁਲ ਲੱਗੇਗੀ ਇਕੱਠੀ। ਗਵਰਨਮੈਂਟ ਆਫ ਇੰਡੀਆ ਨੇ ਆਉਣਾ ਅਤੇ ਪ੍ਰਾਈਮ ਮਿਨਿਸਟਰ ਸਾਹਿਬ ਹੋਣਗੇ ਔਰ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਅਤੇ ਗਵਰਨਮੈਂਟ ਆਫ ਇੰਡੀਆ ਰਲ ਕੇ। ਅਬੋਹਰ ਦੇ ਪਿੰਡ ਬਹਾਵਵਾਲਾ ਦੀ ਇੱਕ ਢਾਣੀ ਵਿੱਚ ਸੀਮੈਂਟ ਚੋਰੀ ਕਰਨ ਦੇ ਦੋਸ਼ਾਂ ਤਹਿਤ ਇੱਕ ਨੌਜਵਾਨ ਦੀ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਹੈ। ਪੁਲਿਸ ਦੇ ਵੱਲੋਂ ਨੌਜਵਾਨ ਦੇ ਉੱਤੇ ਚੋਰੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਰਕੁੱਟ ਦਾ ਸ਼ਿਕਾਰ ਹੋਏ ਨੌਜਵਾਨ ਦੇ ਬਿਆਨਾਂ ਉੱਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਦੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਕਿਹਾ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਨੌਜਵਾਨ ਖੇਮਖੇੜੇ ਦਾ ਬੂਟਾ ਸਿੰਘ ਸੀ, ਜੋ ਨਰਮੇ ਦੀ ਚੁਗਾਈ ਕਰਨ ਵਾਸਤੇ ਆਇਆ ਹੋਇਆ ਸੀ। ਜਿਹੜੀ ਵੀਡੀਓ ਵਾਇਰਲ ਹੋਈ ਉਹਦੇ 'ਚ ਨਾ ਕੋਈ ਬੂਟਾ ਸਿੰਘ ਸਨਫ ਮੁਖਤਿਆਰ ਸਿੰਘ ਖੇਮੇਖੜੇ ਦਾ ਮੁੰਡਾ ਸੀਗਾ, ਇਹ ਇੱਧਰ ਨਰਮਾ ਨਰਮਾ ਚੁਗਣ ਆਏ ਹੋਏ ਸੀਗੇ ਪਿਛਨਪੁਰਾ ਸਾਈਡ 'ਤੇ, ਉੱਥੋਂ ਵਾਪਸ ਜਾ ਰਿਹਾ ਸੀ ਅਤੇ ਢਾਣੀ ਸੀਗੀ ਨੇੜੇ ਵਿਨੋਦ ਕੁਮਾਰ ਵਗੈਰਾ ਦੀ, ਜਿਨ੍ਹਾਂ ਨੇ ਉਹ ਜਦੋਂ ਢਾਣੀ 'ਚ ਨਵੀਂ ਪਾਈ ਉਹਨਾਂ ਨੇ, ਜਦੋਂ ਗਏ ਉੱਥੇ ਘਰਿਆ ਨਹੀਂ ਸੀ ਕੋਈ ਵੀ, ਇਹਨੇ ਵੇਖਿਆ ਵੀ ਬਾਹਰ ਢਾਣੀ 'ਤੇ ਬੰਦਾ ਕੋਈ ਨਹੀਂ ਹੈਗਾ ਅਤੇ ਇਹਨੇ ਉੱਥੋਂ ਕਣਕ ਦਾ ਗੱਟਾ ਚੁੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਕਣਕ ਦਾ ਗੱਟਾ ਚੁੱਕ ਕੇ ਬਾਹਰ ਆ ਗਿਆ ਤਾਂ ਉਹਨੇ ਜਿਹਨੂੰ ਉਹ ਬੰਦੇ ਵੀ ਆ ਗਏ ਜਿਹੜੇ ਬਾਹਰ ਗਏ ਸੀ, ਉਹਨਾਂ ਦਾ ਪਰਿਵਾਰ ਘਰ ਦੇ ਮੈਂਬਰ। ਜਦੋਂ ਉਹ ਵਾਪਸ ਆ ਗਏ ਅਤੇ ਉਹਨਾਂ ਨੇ ਉੱਥੇ ਫੜ ਲਿਆ, ਫੜ ਕੇ ਅਤੇ ਇਹਨੂੰ ਮਤਲਬ ਬੰਨ ਲਿਆ ਅਤੇ ਨਾਲੇ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਉੱਥੇ ਬੰਦੇ ਇਕੱਠੇ ਹੋ ਗਏ, ਹੋਰ ਬਹੁਤ ਵਾਰ ਪੰਚਾਇਤ,
ਅਤੇ ਜਿਨ੍ਹਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਜਿੰਨੀ ਕਿਹਨੇ ਗਲਤੀ ਕੀਤੀ ਉਹਨਾਂ ਕੋਲ ਨੂੰ ਕੁੱਟਕੱਟ ਲਿਆ ਅਤੇ ਇਹਨਾਂ ਨੇ ਆਪ ਜੀ ਉੱਥੇ ਸੈਟਿੰਗ ਕਰਕੇ ਭੇਜ ਤਾ। ਅੱਜ ਦਾ ਟਾਈਮ ਰੱਖਿਆ ਸੀ ਸਵੇਰ ਦਾ ਇਹਨਾਂ ਨੇ ਉੱਥੇ ਆਪਦੀ ਢਾਣੀ ਦੇ ਦੋਵਾਂ ਪਾਰਟੀਆਂ ਨੇ ਇਕੱਠੇ ਹੋਣ ਦਾ, ਅਤੇ ਦੋਵਾਂ ਪਾਰਟੀਆਂ ਨੇ ਜਦੋਂ ਇਕੱਠੇ ਹੋਏ ਉੱਥੇ ਨੇ ਇਹਨਾਂ ਦੀ ਗੱਲ ਫਿਰ ਸਿਰੇ ਨਹੀਂ ਲੱਗੀ ਅਤੇ ਜਿਹਦੇ ਕਰਕੇ ਇਹਨੇ ਸਾਨੂੰ ਆ ਕੇ ਬਿਆਨ ਲਿਖਾਇਆ ਅਤੇ ਉਹਦੇ ਚੋਰ ਅਤੇ ਚੋਰੀ ਦਾ ਪਰਚਾ ਦੇ ਦਿੱਤਾ ਜਿਹਨੇ ਉਹਨੇ ਕਣਕ ਚੁੱਕੀ ਉੱਥੋਂ, ਅਤੇ ਜਿਹੜੀ ਦੂਜੀ ਪਾਰਟੀ ਆ ਉਹਦੇ ਨੂੰ ਸੱਟਾਂ ਲੱਗੀਆਂ ਹੋਈਆਂ ਨੇ, ਉਹ ਬੰਦਾ ਜਿਹੜਾ ਉਹਨੂੰ ਐਡਮਿਟ ਕਰਾਤਾ। ਐਡਮਿਟ ਤੋਂ ਬਾਅਦ ਫਿਰ ਦੇਖਦੇ ਹਾਂ ਵੀ ਉਹਦੇ ਬਿਆਨ 'ਤੇ ਫਿਰ ਉਹਨਾਂ ਦੇ ਖਿਲਾਫ਼ ਜੋ ਕਾਰਵਾਈ ਬਣਦੀ ਉਹ ਕਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਅੱਜ ਪੂਰੇ 4 ਸਾਲ ਹੋ ਗਏ ਨੇ। ਇਸ ਮੌਕੇ ਰੋਸ ਦੇ ਤੌਰ 'ਤੇ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਗੋਲੀ ਕਾਂਡ ਦੀ 4ਵੀਂ ਬਰਸੀ ਮਨਾਈ ਗਈ। ਇਹਨਾਂ ਹੀ ਨਹੀਂ, ਦਰਬਾਰ ਏ ਖਾਲਸਾ ਵੱਲੋਂ ਲਾਹਨਤ ਦਿਹਾੜਾ ਮਨਾਇਆ ਗਿਆ। ਬਰਗਾੜੀ ਮੋਰਚੇ ਦੇ ਲੀਡਰਾਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੋਸ਼ੀਆਂ ਨੂੰ ਬਚਾਉਣ ਵਾਸਤੇ ਪੂਰਾ ਜ਼ੋਰ ਲਾ ਰਹੀ ਹੈ। ਚੇਤੇ ਰਹੇ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿੱਚ ਪੁਲਿਸ ਦੇ ਤਸ਼ੱਦਦ ਦੇ ਖਿਲਾਫ ਸ਼ਾਂਤਮਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ਉੱਤੇ ਗੋਲੀ ਚਲਾ ਕੇ ਪੁਲਿਸ ਨੇ ਪਿੰਡ ਬਹਿਬਲ ਕਲਾਂ ਦੇ ਵਸਨੀਕ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ 44 ਸਿੱਖ ਜ਼ਖਮੀ ਹੋ ਗਏ ਸਨ। ਬੇਅਦਬੀ ਮਾਮਲੇ ਨੂੰ ਔਰ ਜਿਹੜੇ ਸਿੱਖਾਂ 'ਤੇ ਤਸ਼ੱਦਦ ਹੋਇਆ ਪੁਲਿਸ ਵੱਲੋਂ, ਲਗਾਤਾਰ ਆਪਾਂ ਬਰਸੀਆਂ ਮਨਾ ਮਨਾ ਕੇ ਜਿਹੜਾ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ, ਪਰ ਇਨਸਾਫ਼ ਨਹੀਂ ਮਿਲ ਰਿਹਾ, ਕੀ ਵਜ੍ਹਾ? ਸਾਡੇ ਵਿੱਚ ਕਮਜ਼ੋਰੀਆਂ, ਜਿਹੜਾ ਮੈਂ ਕਿਹਾ ਕਿ ਅਸੀਂ ਭਰੋਸਾ ਕਰ ਗਏ, ਜਿਹੜਾ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਗੁਟਕਾ ਸਾਹਿਬ ਨੂੰ ਫੜ ਕੇ ਅਰਦਾਸ ਕੀਤੀ ਸੀਗੀ ਕਿ ਮੈਂ ਮੁਲਜ਼ਮਾਂ ਨੂੰ ਫੜੂੰਗਾ, ਦੋਸ਼ੀਆਂ ਨੂੰ ਫੜੂੰਗਾ। ਫਿਰ 9 ਦਸੰਬਰ ਨੂੰ ਜਦੋਂ ਇੱਥੇ ਇਜਲਾਸ ਹੋਇਆ, ਕੈਪਟਨ ਸਾਹਿਬ ਦੇ 2 ਵਜ਼ੀਰ ਰੰਧਾਵਾ ਸਾਹਿਬ ਵੀ ਆਏ ਸੀਗੇ ਅਤੇ ਬਾਜਵਾ ਸਾਹਿਬ ਵੀ ਆਏ ਸੀ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ, ਸੰਗਤ ਦੀ ਹਾਜ਼ਰੀ 'ਚ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਮੁਲਜ਼ਮਾਂ ਨੂੰ ਵੀ ਫੜਾਂਗੇ, ਰਣਜੀਤ ਸਿੰਘ ਦੀ ਰਿਪੋਰਟ ਹੈ ਉਹਦੇ 'ਤੇ ਪੂਰਾ ਅਮਲ ਕਰਾਂਗੇ, ਔਰ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਨਾਭਾ ਵਿਖੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਰਕੇ ਮਾਂ ਅਤੇ ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 30 ਸਾਲਾ ਦੀਕਸ਼ਾ ਅਤੇ ਉਸ ਦੇ 6 ਸਾਲਾ ਪੁੱਤ ਪਾਰਸ ਦੇ ਤੌਰ 'ਤੇ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਰ ਦੇ ਪਿਛਲੇ ਪਾਸੇ JCB ਮਸ਼ੀਨ ਨਾਲ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਵਾਸਤੇ ਪਹੁੰਚੇ। ਮੱਥਾ ਟੇਕਣ ਤੋਂ ਬਾਅਦ ਮਜੀਠੀਆ ਲੰਗਰ ਹਾਲ ਪਹੁੰਚੇ, ਜਿੱਥੇ ਉਹਨਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਉਹਨਾਂ ਨੇ ਲੰਗਰ ਹਾਲ ਵਿੱਚ ਲੰਗਰ ਵਰਤਾਉਣ ਅਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਵੀ ਨਿਭਾਈ। ਇਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਾਂਗਰਸ ਪੁਰਾਣੀ ਚਾਲ ਉੱਤੇ ਚੱਲ ਰਹੀ ਹੈ ਅਤੇ ਵੰਡ ਕੇ ਰਾਜ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਇੰਦਰਾ ਗਾਂਧੀ ਦਾ ਇਹ ਕੰਮ ਸੀ ਅਤੇ ਹੁਣ ਉਹੀ ਕੰਮ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ। ਦੇਖੋ, SGPC ਦਾ ਨਹੀਂ ਜੀ, ਇਹ ਕਾਂਗਰਸ ਦੀ ਪੁਰਾਣੀ ਚਾਲ ਰਹੀ ਆ। ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ, ਰਾਜੀਵ ਗਾਂਧੀ ਤੋਂ ਲੈ ਕੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ। ਜਦੋਂ 84 'ਚ ਅਕਾਲ ਤਖ਼ਤ ਸਾਹਿਬ ਢਾਹਿਆ ਸੀ, ਇੰਦਰਾ ਗਾਂਧੀ ਦਾ ਇੱਕੋ ਮਕਸਦ ਸੀ ਕਿ ਇਹ ਜਿਹੜੇ ਗੁਰੂ ਨਾਨਕ ਨਾਮ ਲੇਵਾ, ਇਹਨਾਂ ਨੂੰ ਮਾਨਸਿਕ ਸੱਟ ਪਹੁੰਚਾਉਣੀ। ਔਰ ਅੱਜ ਵੀ ਕਿਵੇਂ ਨਾ ਕਿਵੇਂ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕੀਤਾ ਜਾ ਸਕੇ, ਸਿੱਖ ਸੰਗਤਾਂ ਨੂੰ ਦੋ ਫਾੜ ਕੀਤਾ ਜਾ ਸਕੇ, ਇਹ ਕਾਂਗਰਸ ਦੀ ਪੁਰਾਣੀ ਸੋਚ ਰਹੀ ਹੈ, ਪਾੜੋ ਅਤੇ ਰਾਜ ਕਰੋ। ਮਗਰ ਸੰਗਤ ਬੜੀ ਸਿਆਣੀ ਆ, ਅਕਾਲ ਤਖ਼ਤ ਸਾਹਿਬ ਮਹਾਨ ਨੇ, ਅਕਾਲ ਤਖ਼ਤ ਸਾਹਿਬ ਪੰਥ ਦੀ ਸ਼ਾਨ ਨੇ, ਔਰ ਸਮੁੱਚੀ ਸੰਗਤ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੇਠ ਰਹਿ ਕੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਸੰਗਤਾਂ ਨੇ ਜੋ ਸੇਵਾ ਲਾਈਆਂ ਨੇ, ਉਸ ਨੂੰ ਧਿਆਨ 'ਚ ਰੱਖਦੇ ਹੋ ਆਪ ਦੀ ਡਿਊਟੀ ਨਿਭਾਉਣਗੀ। ਕਾਂਗਰਸ ਦੀਆਂ ਲੂੰਬੜ ਚਾਲਾਂ, ਚਾਹੇ ਉਹ ਇੰਦਰਾ ਗਾਂਧੀ ਦੀਆਂ ਸਨ ਅਤੇ ਚਾਹੇ ਉਹ ਅੱਜ ਦੇ ਜਿਨ੍ਹਾਂ 'ਚ ਇੰਦਰਾ ਗਾਂਧੀ ਦੀ ਰੂਹ ਆਈ ਫੜੀ ਵੜੀ ਫਿਰਦੀ ਆ, ਇੰਨਾ ਕੁਛ ਵਜ਼ੀਰਾਂ ਅਤੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਸਭ ਨੂੰ ਜਵਾਬ ਸੰਗਤ ਦਊਗੀ, ਅਸੀਂ ਕੋਈ ਨਹੀਂ ਜਵਾਬ ਦੇਣਗੇ। ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਲਾਲਾਬਾਦ ਦੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਮੋਰਚੇ ਉੱਤੇ ਫੇਲ ਸਾਬਤ ਹੋਈ ਹੈ। ਸੂਬੇ ਦੇ 1500 ਕਿਸਾਨ ਇਹਨਾਂ ਦੀਆਂ ਮਾਰੂ ਨੀਤੀਆਂ ਨੂੰ ਲੈ ਕੇ ਖੁਦਕੁਸ਼ੀਆਂ ਕਰ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਘਰ ਘਰ ਹੋ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ 500 ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਚਲੇ ਗਏ ਨੇ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇੱਕ ਸਟੇਜ ਦੇ ਉੱਤੇ ਮਨਾਇਆ ਜਾਣਾ ਚਾਹੀਦਾ। ਇਸ ਮੌਕੇ 'ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਈ ਸ਼ਬਦਿਕ ਹਮਲੇ ਵੀ ਕੀਤੇ। ਘਰ ਘਰ
ਰੋਜ਼ਗਾਰ ਦੇਣ ਦਾ ਵਾਅਦਾ ਸੀ, ਹਰ ਕਿਸਾਨ ਦਾ ਕਰਜ਼ਾ ਮਾਫ਼ ਕਰਨ ਦਾ ਸੀ, ਗੁਟਕਾ ਸਾਹਿਬ ਦਸਮ ਪਿਤਾ ਦੇ ਚਰਨਾਂ ਦੀ ਸੌ ਖਾ ਕੇ ਨਸ਼ੇ ਖਤਮ ਕਰਨ ਦੀ ਗੱਲ ਸੀ। ਅੱਜ ਨਾ ਇੱਕ ਕਿਸਾਨ ਪੰਜਾਬ ਅਤੇ 1500 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈ ਇਹਨਾਂ ਦੇ ਝੂਠੇ ਝਾਸੇ 'ਚ ਆ ਕੇ। ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ ਹੈਗੀ ਜਿੱਥੇ 500 ਬੱਚਿਆਂ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਨੇ, ਅਤੇ ਨੌਕਰੀ ਤਾਂ ਕੀ ਕਹੀਏ, ਇਹਨਾਂ ਦੇ ਪੰਜ ਮੋਤੀ ਮਿਲ ਦੇ ਚੇਤਿਆਂ ਨੂੰ ਛੱਡ ਕੇ ਕਿਸੇ ਦੇ ਬੱਚੇ ਨੂੰ ਨੌਕਰੀ। ਸੋ ਹਰੇਕ ਲੈਵਲ 'ਤੇ ਟੋਟਲੀ ਫੇਲ ਹੋਏ ਨੇ, ਜਿਹਦੇ ਕਰਕੇ ਇਹਨਾਂ ਨੂੰ ਜ਼ੋਰ ਦਾ ਜ਼ਬਰ ਦਾ ਸਹਾਰਾ ਲੈਣਾ ਪੈ ਰਿਹਾ। ਮੈਂ ਉਮੀਦ ਕਰਦੀ ਹਾਂ ਕਿ ਜਲਾਲਾਬਾਦ ਦੇ ਲੋਕਾਂ ਦਾ, ਜਿਨ੍ਹਾਂ ਦੇ ਸਾਡੇ ਪਰਿਵਾਰ ਦੇ ਨਾਲ ਇੱਕ ਪਰਸਨਲ ਨਾਤਾ ਹੈਗਾ, ਇਹ ਬਾਹਰਲੇ ਜਿਹੜੇ ਪ੍ਰਵਾਸੀ ਪੰਛੀ ਇਹ ਲੋਕ ਹੁਣ ਕੈਪਟਨ ਸਾਹਿਬ ਇੱਥੇ ਆਉਣਗੇ ਹੱਥੇ ਲਾਉਣ ਵਾਸਤੇ, 2.5 ਸਾਲ ਦੇਖੇ ਨਹੀਂ, ਅਗਲੇ 2.5 ਸਾਲ ਦਿਸਣਾ ਨਹੀਂ ਹੈਗਾ, ਇੱਥੇ ਆਉਣਗੇ ਹੱਥ ਲਾ ਕੇ ਝੂਠਾ ਸਿੱਧਾ ਵਾਅਦਾ ਕਰਕੇ ਤੁਰ ਜਾਣਗੇ। ਲੇਕਿਨ ਲੋਕ ਸਮਝ ਗਏ ਕਿ ਕਿਸੇ ਵੀ ਵਾਅਦੇ 'ਤੇ ਪੂਰੇ ਨਹੀਂ ਉਤਰਦੇ। ਲੇਕਿਨ ਸੁਖਬੀਰ ਜੀ ਨੂੰ ਜਦ ਇਸ ਇਲਾਕੇ ਦੀ ਸੇਵਾ ਮਿਲੀ, ਉਹਨਾਂ ਨੇ ਡਟ ਕੇ ਇਸ ਇਲਾਕੇ ਦੇ ਸੁਧਾਰ ਵਾਸਤੇ, ਆ ਸ਼ਹਿਰ 'ਚ ਦੇਖ ਲਓ, ਵਾਟਰ ਸਪਲਾਈ ਹੋ, ਸੀਵਰ ਹੋ, ਗਲੀ ਨਾਲੀਆਂ, ਸਕੂਲ ਹੋਏ, ਸਟੇਡੀਅਮ ਹੋਏ, ਹਰੇਕ ਤਰ੍ਹਾਂ ਤੋਂ ਕੀਤਾ। ਅੱਜ ਮੌਕਾ ਹੈ ਕਿ ਕੇਂਦਰ ਦੀ ਸਰਕਾਰ ਤੋਂ ਵੀ ਅਸੀਂ ਵੱਡੇ ਪ੍ਰੋਜੈਕਟ ਲਾ ਕੇ ਇੱਥੇ ਲਗਵਾਉਣ, ਜਿਵੇਂ ਮੈਂ ਏਮਸ ਲਗਾਇਆ ਆਪਣੇ ਕੋਲ, ਆਪਣੇ ਇਲਾਕੇ 'ਚ, ਇਸ ਇਲਾਕੇ 'ਚ ਵੀ ਵੱਡੇ ਪ੍ਰੋਜੈਕਟ ਲੱਗ ਸਕਦੇ ਨੇ। ਸੋ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਇਹ ਚੋਣ ਸੁਖਬੀਰ ਜੀ ਦੀ ਹੈਗੀ, ਹਮੇਸ਼ਾ ਇਸ ਇਲਾਕੇ ਦੇ ਲੋਕਾਂ ਨੇ ਸਾਥ ਦਿੱਤਾ ਹੈਗਾ, ਡਟ ਕੇ ਸੁਖਬੀਰ ਜੀ ਨੂੰ ਜਿਤਾਉਣ ਵਾਸਤੇ, ਇਸ ਇਲਾਕੇ ਦੀ ਤਰੱਕੀ ਨੂੰ ਬਰਕਰਾਰ ਰੱਖਣ ਵਾਸਤੇ ਉਹ ਝੂਠੀ ਪਾਰਟੀਆਂ ਨੂੰ ਨਕਾਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 15 ਅਕਤੂਬਰ ਨੂੰ ਮਨਾਇਆ ਜਾ ਰਿਹਾ। ਇਸ ਨੂੰ ਲੈ ਕੇ ਜਿੱਥੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ, ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਜਾ ਰਹੇ ਨੇ, ਜਿਸ ਦੇ ਤਹਿਤ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸਜਾਉਣ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਵੱਲੋਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਧਾਈ ਦਿੱਤੀ ਗਈ। ਮੈਂ ਇਸ ਪੁਰਬ ਦੀਆਂ ਸਾਰੇ ਹੀ ਦੇਸ਼ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਕਿਉਂਕਿ ਇਹ ਜੋ ਗੁਰੂ ਰਾਮਦਾਸ ਮਹਾਰਾਜ ਦਾ ਗੁਰਪੁਰਬ ਹੈ, ਸਾਰੀਆਂ ਸਿੱਖ ਸੰਗਤਾਂ, ਬੜੇ ਸ਼ਹਿਰ ਅੰਮ੍ਰਿਤਸਰ ਨਿਵਾਸੀ ਅਤੇ ਹੋਰ ਦੂਰੋਂ ਨੇੜੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਵਾਸਤੇ ਹੋਣਗੀਆਂ ਨੇ। ਸੋ ਅੱਜ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਸੀਂ ਆਏ ਹਾਂ, ਸੋ ਇਹ ਪ੍ਰੋਗਰਾਮ ਲਗਾਤਾਰ ਚੱਲ ਰਹੇ ਨੇ। ਕੱਲ੍ਹ ਜੋ ਪੜਤਾਲ ਰਾਗ ਕੀਰਤਨ ਹੋਇਆ ਸੀ, ਅੱਜ ਰਾਸ਼ਾਂ ਸਰਕਾਰ ਦੇ ਰਾਮਪੁਰਾ ਫੂਲ ਦੀ ਪੁਲਿਸ ਨੇ 100 ਗ੍ਰਾਮ ਹੈਰੋਇਨ ਦੇ ਨਾਲ 4 ਨਸ਼ਾ ਤਸਕਰਾਂ ਨੂੰ ਅੱਜ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ 'ਤੇ NDPS ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਉੱਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ 100 ਗ੍ਰਾਮ ਹੀਰੋ ਨੂੰ ਫੜੀਏ ਜੀ, ਚੌਕੇ ਗੁਰਦੀਪ ਸਿੰਘ ਸੌਂਪਾ, ਉਹਦੇ ਖੇਤ 'ਚ ਕਿਹੜਾ ਕਮਰਾ ਬਣਿਆ ਹੋਇਆ ਹੈਗਾ, ਉੱਥੇ 4 ਜਣੇ, ਗੁਰਦੀਪ ਸਿੰਘ ਸੌਂਪਾ, ਤਸਵੀਰ ਸਿੰਘ, ਜਗਜੀਤ ਸਿੰਘ ਅਤੇ ਇੱਕ ਬਲਵਿੰਦਰ ਸਿੰਘ ਉਰਫ ਭੋਲਾ ਬਦੈਲਾ, ਬਾਕੀ 3 ਚੌਕੇ ਦੇ ਨੇ, 4 ਵਿਅਕਤੀ ਫੜੇ ਨੇ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ਰਿਹਾ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ, ਪਰ ਉਹਨਾਂ ਨੂੰ ਖਾਲੀ ਹੱਥ ਮੁੜਨਾ ਪਿਆ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਉਹ ਕੱਲ੍ਹ ਤੱਕ ਅਕਾਲ ਤਖਤ ਸਾਹਿਬ ਵਿਖੇ ਹੀ ਹਨ, ਜਦੋਂ ਮਰਜ਼ੀ ਸੰਪਰਕ ਕਰ ਲਿਆ ਜਾਵੇ, ਉਹ ਗੱਲਬਾਤ ਕਰਨ ਵਾਸਤੇ ਤਿਆਰ ਨੇ। ਉਹਨਾਂ ਨੇ ਕਿਹਾ ਕਿ ਚੰਨੀ ਸਵੇਰੇ 8 ਵਜੇ ਅਕਾਲ ਤਖਤ ਸਾਹਿਬ ਆ ਸਕਦੇ ਨੇ। ਦਰਅਸਲ ਸਰਕਾਰ ਦੇ ਵੱਲੋਂ ਬਣਾਈ ਗਈ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਚਰਨਜੀਤ ਚੰਨੀ ਅੱਜ ਕੈਪਟਨ ਦਾ ਸੁਨੇਹਾ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚੇ ਸਨ, ਪਰ ਮੁਲਾਕਾਤ ਨਹੀਂ ਹੋ ਸਕੀ। ਇਸ ਬਾਰੇ ਚੰਨੀ ਨੇ ਕਿਹਾ ਕਿ ਸਰਕਾਰ ਫਿਰ ਤੋਂ ਕੋਸ਼ਿਸ਼ ਕਰ ਰਹੀ ਹੈ ਕਿ SGPC ਨਾਲ ਰਲ ਕੇ ਸੁਲਤਾਨਪੁਰ ਲੋਧੀ ਵਿਖੇ ਸਮਾਗਮ ਕਰਵਾਇਆ ਜਾਵੇ। ਇਸ ਲਈ ਅਕਾਲ ਤਖਤ ਰਾਹੀਂ SGPC ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚੰਨੀ ਨੇ ਕਿਹਾ ਕਿ ਮਾਮਲੇ ਦੀ ਅਗਲੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਕੇ ਕੀਤੀ ਜਾਵੇਗੀ। ਨਹੀਂ, ਮੈਂ ਤਾਂ ਮੇਰੇ ਨਾਲ ਤਾਂ ਕੋਈ ਗੱਲਬਾਤ ਹੋਈ ਨਹੀਂ ਇੱਥੇ ਆਉਣ ਦੀ, ਮੈਂ ਤਾਂ ਸਗੋਂ ਸ਼ਾਮ ਨੂੰ ਆਉਣਾ ਸੀਗਾ ਅਤੇ ਸਿੰਘ ਸਾਹਿਬ ਦਾ ਫੋਨ ਚਲਾ ਗਿਆ ਕਿ ਨਗਰ ਕੀਰਤਨ ਦੀ ਰੰਭਤਾ 'ਤੇ ਤੁਸੀਂ ਆਓ, ਅਤੇ ਮੈਂ ਤਾਂ ਉਹਦੇ ਕਰਕੇ ਫਿਰ ਨਗਰ ਕੀਰਤਨ ਦੀ ਰੰਭਤਾ ਵਾਸਤੇ ਆਇਆ। ਮੇਰੇ ਨਾਲ ਕੋਈ ਉਹਨਾਂ ਦਾ ਸਮਾਂ ਆਪ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਪਰ ਉਹ ਮੈਂ ਕੱਲ੍ਹ ਤੱਕ ਇੱਥੇ ਹੀ ਹਾਂ, ਕੱਲ੍ਹ ਮਿਲਣਾ ਚਾਹੁੰਦੇ ਹਾਂ, ਵੈਲ ਡਨ, ਮਿਲਾਂਗੇ, ਇੱਦਾਂ ਦੀ ਕੋਈ ਸਮਾਂ ਲਿਆ ਸੀ 9 ਵਜੇ ਦਾ? ਨਹੀਂ ਨਹੀਂ, ਮੈਂ ਮੇਰੇ ਤੋਂ ਕੋਈ ਸਮਾਂ ਨਹੀਂ ਲਿਆ, ਮੇਰੇ ਤੋਂ ਕੋਈ ਸੀ ਕਿ ਅੱਜ ਅਸੀਂ ਗੱਲ ਕਰਨ ਵਾਲਾ ਸੀ, ਰੰਧਾਵਾ ਸਾਹਿਬ ਵੀ ਨਾਲ ਸੀ, ਬਰੰਗ ਲਾਉਣ ਗਏ ਚੰਡੀਗੜ੍ਹ ਵਾਪਸ ਚਲੇ ਗਏ। ਮੇਰੇ ਤੋਂ ਕੋਈ ਸਮਾਂ ਨਹੀਂ ਲਿਆ, ਨਾ ਮੈਨੂੰ ਉਹਨਾਂ ਦੇ ਇੱਥੇ ਆਉਣ ਦਾ ਪਤਾ ਹੈ, ਮਿਲਣ ਦਾ ਪਤਾ ਹੈ, ਨਾ ਮੈਨੂੰ ਕੋਈ ਗੱਲਬਾਤ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੇ ਮਾਮਲੇ ਵਿੱਚ ਇਸ ਵਾਰ 40% ਤੱਕ ਦੀ ਕਮੀ ਆਈ ਹੈ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਅਤੇ ਨਵੀਆਂ ਹੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।